ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਕਾ ਨਿੱਗਾ ਸਵਾਗਤ ਅੱਜ ਕੀ ਆ ਬੜੀਆਂ ਖਬਰਾਂ ਥਾਰੇ ਪਾਸ ਲੇਕਾ ਪਹੁੰਚ ਲੀਆ ਪਰ ਪ੍ਰੋਗਰਾਮ ਸ਼ੁਰੂ ਕਰਨ ਤੇ ਪਹਿਲਾ ਮੈਂ ਤੁਹਾਨੂੰ ਦੱਸ ਦਿਆ ਵੀਰ ਵੀ ਜਿਹੜਾ ਬ੍ਰੇਕ ਤੇ ਬਾਅਦ ਪ੍ਰੋਗਰਾਮ ਹੋਵਾ ਇਹੋ ਪ੍ਰੋਗਰਾਮ ਇਹੋ ਟੈਲੀਫੋਨ ਪ੍ਰੋਗਰਾਮ ਹੋਵਾ ਕੈਨੇਡਾ ਦੇ ਵਿੱਚ ਮੈਂ ਚਲਾ ਬਾਰਬੀਰਾ ਆਪਾਂ ਅੱਜ ਤੇ ਬਾਅਦ ਬ੍ਰੇਕ ਬ੍ਰੇਕ ਲੈਣੇ ਵਾਲਾ ਕੰਮ ਜਿਹੜਾ ਬੰਦ ਕਰ ਦੇ ਕਿ ਬੜੇ ਬੰਦੇ ਕਨਫਿਊਜ਼ਨ ਮੇ ਆ ਜਾਂ ਭਈਓ ਅੱਧਾ ਪ੍ਰੋਗਰਾਮ ਕਿੱਥਾ ਚਲਾ ਅੱਧਾ ਕਿੱਥਾ ਚਲਾ ਈਸ਼ਕਰ ਕਬੀਰ ਅੱਦੇ ਵਾਲਾ ਕੰਮ ਹੀ ਰਹੇਗਾ ਉਰਾ ਉਰਾ ਪੂਰਾ ਪ੍ਰੋਗਰਾਮ ਚਲਾ ਨਹੀਂ ਸਕਦੇ ਵੀਰ ਕਿਉਂਕਿ YouTube ਪਾਣਾ ਯੋ ਕਾਪੀਰਾਈਟ ਹੋਰ ਬੜੇ ਝਮੇਲੇ ਨੇ ਨੇ ਪਾਏ ਵੇ ਫਿਰ ਅਗਲੇ ਚੱਕਾ ਆਯੋ ਚੈਨਲ ਕੇਪਾ ਸਟ੍ਰਾਈਕ ਮਾਰਦੇ ਆ ਫਿਰ ਔਖਾ ਹੋ ਜਾ ਫਿਰ ਸਾਨੂੰ ਪਤਾ ਹੀ ਵੀਰ ਯੋ ਥਮ ਸਮਝਾਂ ਚੰਗੀ ਤਰ੍ਹਾਂ ਈਸ਼ਕਰ ਕਾ ਪਾਣਾ ਇਹ ਦੂਆ ਪਾੜ ਪਾਉਂਦੇ ਨਹੀਂ ਕੱਲ ਤੇ ਆਪਾਂ ਦਾ ਮਤਲਬ ਅੱਜ ਤੇ ਹੀ ਆਪਾਂ ਇਹ ਬ੍ਰੇਕ ਕਹਿਣਾ ਬੰਦ ਕਰ ਦੇਗੇ ਅੱਜ ਪਹਿਲੀ ਬੜੀ ਖਬਰ ਕੇ ਨਿਗਾ ਮਾਰਾ ਹਰਿਆਣੇ ਮਾਇਓ ਕੈਬਨਟ ਮੰਤਰੀ ਅਨਿਲ ਬੀਜ ਕਿਸਾਨਾਂ ਨੇ ਬਿਰੁੱਥਾ ਦੇਖ ਲਓ ਮਿੰਨੀ ਸਕੱਤਰੇ ਦੇ ਵਾਰ ਤੰਬੂ ਗੁਨਾਤ ਲਾਤੇ ਆ ਰੁੱਥ ਤੰਬੂ ਗੁਨਾਤ ਪੱਕੇ ਗੱਡ ਤੇ ਆ ਰਿਉ ਲੱਗ ਰਿਹਾ ਜਿੱਤਰਾ ਇਹ ਸਿੰਗੂ ਬਾਰਡਰ 'ਪਾ ਬੈਠੇ ਨਾ ਕਿਸਾਨ ਈ ਬਿਰ करनाल ਕੇ ਵਿੱਚ ਮ ਲਿਆ ਕੇ ਬਿਠਾ ਲ ਤੇ ਕਦੇ ਕਦੇ ਨਿਊ ਲਗਾ ਵੀ ਕਿਤੇ ਇਹਨਾਂ ਨੇ ਕੋਈ ਚਾਲ ਚੂਲ ਤੋਂ ਨਹੀਂ ਖੇਲੀ ਮੇ ਯੋ ਬੰਦਿਆਂ ਨੂੰ ਹੌਲੀ ਹੌਲੀ ਕਰ ਕੌਰਾ ਲਿਆਓ ਅੱਜ ਵੀ ਸਿੰਗੂ ਬਾਰਡਰ ਦੇ ਵੀਰ ਯੋ ਕਹਿ ਲਓ ਬੜੇ ਕਿਸਾਨਾਂ ਦਾ ਕਾਫਲਾ ਜਿਹੜਾ ਵੀਰ ਕਰਨਾਲ ਖਤਰ ਨਿਕਲਿਆ ਯੋ ਨਾ ਹੋਵੇ ਕਿ ਤੇ ਪਿਛਲਾ ਏ ਔਰ ਮੋਰਚਾ ਠਿੱਲਾ ਪੈ ਜਾਏ ਅਗਲੇ ਚਾਕਾ ਫਿਰ ਉੱਥਾ ਕਬਜ਼ਾ ਕਰ ਲੈ ਕਿਉਂਕਿ ਵੀਰ ਕੋਰਟ ਨੇ ਸਾਫ਼ ਕਹਤੇ ਉੱਥਾ ਬੰਦੇ ਨੇ ਰਿੱਟ ਪਾਈ ਦੀ ਉੱਥਾ ਅਦਾਲਤ ਦੇ ਵਿੱਚ ਕਹਾ ਵੀਰ ਰੋਡ ਨਹੀਂ ਬੰਦ ਕਰ ਸਕਦੇ ਕਹਾ ਚਲੋ ਹੱਕ ਮੰਗਣਾਂ ਕਾ ਇਨਕੇ ਇਹ ਕ ਬਣਾ ਯੋ ਰਾਈਟ ਹਰ ਕੋਟ ਨੇ ਵੀ ਕਿਹਾਤਾ ਮੋਦੀ ਸਰਕਾਰ ਨੂੰ ਚਾੜਾ ਪਾਇਆ ਔਰ ਕਹਰੇ ਕਾ ਥੰਮ ਕਰ ਕੇ ਆ ਰਹੇ ਇਤਨੇ ਦਿਨ ਕੇ ਈਬ ਤੱਕ ਥਾਰੇ ਤੇ ਯੋ ਹੋਇਆ ਨਹੀਂ ਕੰਮ ਔਰ ਮੈਨੂੰ ਨਿਉ ਲੱਗ ਰਹਾ ਵੀ ਕਿਤੇ ਯੋ ਤਾਂ ਨਹੀਂ ਮੈਂ ਥੋੜੇ ਥੋੜੇ ਘਰ ਘਰ ਕਾ ਪੋਰ ਪੋਰ ਕਾਲਿਆ ਰਹੇ ਉਰਾਨੂ ਯੋ ਕੰਮ ਵੀ ਹੋ ਸਕਾ ਪਰ ਉੱਥਾ ਕੈਬਨਿਟ ਮੰਤਰੀ ਯੋ ਬਾਤ ਕਰਾਂ ਅਨਿਲ ਬਿੱਜਗੀ ਯੋ ਕਹਰਾ ਕਾ ਮਨ ਕਹਾਂ ਨਿਰਪੱਖ ਜਾਂਚ ਕਰਨੇ ਕੀ ਤੋ ਕਾ ਆਪਾ ਗੱਲ ਮੰਨਾ ਯੋ ਤੋ ਕਰ ਦੇਗੇ ਜੇ ਥੰਮ ਕਹਾਂ ਨਾ ਮੈਂ ਕੱਲੇ ਐਸਡੀਐਮ ਨੂੰ ਚਾਕਾ ਦਵਾਂ ਅੰਦਰ ਯੋਨੀ ਉਹਨਾ ਕਾ ਵੀ ਸਾਰੇ ਬੰਦਿਆਂ ਕੇ ਉੱਪਰ ਜਾਂਚ ਕਰਗਾ ਜਿਹੜਾ ਦੋਸ਼ੀ ਹੋਏਗਾ ਉਸਨੂੰ ਚੱਕ ਅੰਦਰ ਦਵਾਂਗੇ ਇਹ ਦੋਸ਼ੀ ਕੌਣ ਹੋਏਗਾ ਇਹਦਾ ਸਭ ਹੀ ਜਾਣਾਂ ਚੰਗੀ ਤਰ੍ਹਾਂ ਵੀਰੋ ਦੋਸ਼ੀ ਤੋਂ ਵੀਰ ਯੋ ਕਹਿਲਿਓ ਵੀਰ ਯੋਹੀ ਹੋਵੇਂਗੇ ਯੋ ਕਿਸਾਨ ਹੋਰ ਵੀਰ ਕਿਹੜਾ ਦੋਸ਼ੀ ਹੋਣੇ ਕਾ ਪੁਲਸ ਵਾਲੀ ਤਾਂ ਡਿਊਟੀ ਦੀ ਕਾ ਡਾਂਗ ਮਾਰਨੇ ਕੀ ਕਾ ਡਿਊਟੀਆਂ ਬੰਨੀਆਂ ਨਹੀਂ ਤੇਗਾ ਬਾਾਕੀ ਬੰਦਾ ਯੋ ਲੱਗ ਰਿਹਾ ਲੋਕ ਕਰੇ ਕ ਆਈ ਸਟੇਡੀਅਮ ਕੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਕਾਰਵਾਈ ਨਹੀਂ ਕਰਦੇ ਆਰੇ ਵੀਰੇ ਸਰਕਾਰ ਸਾਰੀ ਫਸ ਸਕਾ ਕੱਲਾ ਐਸ.ਡੀ.ਐਮ. ਯੋ ਐਸ.ਡੀ.ਐਮ ਨੇ ਥੋੜੀ ਕੰਦੇ ਨੇ ਹੁਕਮ ਦਿੱਤੇ ਉਹਨੇ ਵੀਰੇ ਅੱਗੇ ਤੇ ਆਰਡਰ ਆਇਆ ਹੁਣਾ ਅਗਲੇ ਲੱਕਿਆਂ ਨੂੰ ਵੀ ਪਾਟ ਦਿਓ ਸਿਰ ਈ ਵੈ ਐਸ.ਡੀ.ਐਮ ਤੋਂ ਆਪਣੇ ਬਚਾਵਾ ਬੋਲੇ ਗਈ ਈ ਐਸ.ਡੀ.ਐਮ ਕੱਲਾ ਇਤਨਾ ਥੋੜੀ ਕਹਿ ਸਕਾ ਵੀ ਵੀਰੇ ਮੈਂ ਤਾਂ ਆਪਣੀ ਮਰਜ਼ੀ ਗਾ ਡਾਂਗ ਫਰਾਈ ਯੋ ਤਾਂ ਹੋ ਨਹੀਂ ਸਕਦਾ ਵੀਰੇ ਈ ਸੀ ਗਾਰ ਕਾ ਕਹਿ ਲਓ ਵੀਰੇ ਯੋ ਤਾਂ ਬਰਗਾੜੀ ਵਾਲਾ ਕੰਮ ਹੋ ਗਿਆ ਜੀ ਤਰੌਥਾ ਯੋ ਕਹਿ ਲਓ ਬਾਦਲਾਂ ਦੀ ਸਰਕਾਰ ਤੀ ਵੀਰੇ ਯੋ ਕਹ ਜੇ ਅਣਪਛਾਤੇ ਪੁਲਿਸ ਵਾਲੇ ਗੋਲੀਆਂ ਚਲਾ ਕੇ ਜੇ ਕਾ ਲੱਭੇ ਨਹੀਂ ਕਿਹੜੇ ਤੇ ਇਹੋ ਕੰਮ ਈ ਬਹਾਰਿਆਣੇ ਮਾ ਹੋ ਗਿਆ ਚਲੋ ਦੇਖੋ ਵੀਰ ਅੱਗਾ ਕੀ ਹੋਵੇਗਾ ਪਰ ਯੋ ਕਹਿ ਲੋ ਸਰਕਾਰ ਕਹਿ ਇਨਸਾਫ ਇਨਸਾਫ ਸਰਕਾਰ ਕਿੱਥਾ ਦਵੇਗੀ ਯੋ ਨਹੀਂ ਦੰਦੇ ਵੀਰ ਈ ਬਹਾਰਿਆਣੇ ਆਲੇ ਕਹ ਰਹੇ ਕੋਈ ਗੱਲ ਨਹੀਂ ਕਾ ਜੇ ਤਾਂ ਕੱਲੂ ਕਾ ਬਦਲਾ ਲੈਣੇ ਦੀ ਬਾਤ ਕਰ ਰਹੇ ਨਾ ਕਾ ਕੱਲੂ ਜਾ ਵੋਟਾਂ ਮੰਗਣਾਵੇਂ ਕਾ ਫੇਰ ਇਨਕੀ ਸਪੀਡ ਚੈੱਕ ਕਰਾਂਗੇ ਕਾ ਬਾਤਾਂ ਕਿੜੀਆਂ ਮਾਰ ਰਹੇਗਾ ਹੈ ਭੱਜਿਆ ਕਾ ਇਸਤੇ ਵੀ ਨਹੀਂ ਜਾਣਾ ਯੋ ਨੀਲ ਵਿੱਚ ਤੇ ਸੇਤਮਾ ਫਾਰਾ ਵੀ ਦੌੜ ਨਹੀਂ ਹੋਣਾ ਯੋ ਜਿਤਰਾ ਯੋ ਦੋਇਪਾਈ ਕਿਹੜੇ ਗਾਇ ਕਰਤੇ ਇਨਨੂੰ ਨਹੀਂ ਵਾ ਕਹੇਗਾ ਦਾਦਾ ਇਹ ਵੀ ਕਿਥਾ ਭਜੇਗਾ ਮੋਟਿਆ ਜਿਆ ਵਾ ਕੰਮ ਹੋ ਜਾਏਗਾ ਫਿਰ ਇਹਦੇ ਭਜ ਹੋਣਾ ਨਹੀਂ ਫਿਰ আর ਸਪੀਡ ਚੈੱਕ ਹੋਵੇਗੀ ਉਹ ਕਹਰੇ ਪੱਕੀ ਸਪੀਡ ਚੈੱਕ ਕਰ ਕਾਟेंगे ਇਹੋ ਕੰਮ ਹੋ ਗਿਆ ਚਲੋ ਘਰ আর ਵੀਰ ਉਸਤੇ ਬਾਅਦ ਇਹ ਹਾਈ ਕੋਰਟ ਨੇ ਕੋਹਰਾ ਆਰਡਰ ਕੱਢ ਤੇ ਮੈਂ ਪਹਿਲਾ ਯੋਹੀ ਖਬਰ ਸੁਣਾ ਦਿਆ ਕਹੇ ਜੇ ਸਾਦੀ ਸੁਦਾ ਮਤਲਬ ਜਿਸ ਦਾ ਵਿਆਹ ਹੋਇਆ ਵਾ ਇਸ ਦੇ ਬਾਵਜੂਦ ਵੀ ਕਾ ਕਿਸੇ ਹੋਰ ਗਾ ਰਿਸ਼ਤਾ ਜੋੜਨਾ ਕੋਈ ਅਪਰਾਧ ਹੈ ਨਹੀਂ ਮਤਲਬ ਜੇ ਬੰਦੇ ਦਾ ਵਿਆਹ ਹੋਇਆ ਵਾ আর ਬਾਹਰ ਕਿਸੇ ਦੂਜੀ ਜਨਾਨੀ ਗੈਲ ਕੋਈ ਹੈ ਮਾਣਾ ਮੋਟਾ ਯੋ ਕਾਹਬ ਚਲ ਜੇਗਾ ਖਮਕਾ ਕੋਈ ਐਸੀ ਬਾਤ ਹੈ ਨਹੀਂ ਦੱਸੋ ਇਹ ਇਹ ਕੀ ਮੈਂ ਤਾਂ ਕੱਟਿਆ ਹੀ ਫੈਸਲਾ ਕਾ ਐਸੇ ਨੂੰ ਵੀਰ ਹੈ ਦੱਸ ਹੈ ਜਾਂਦੀ ਇਹ ਤਾਂ ਫੇਰੀ ਕਦੂ ਹੈ ਕਿ ਕਾਰ ਵਾਲੀਆਂ ਛੇੜਨ ਲੱਗ ਜੇਗੇ ਲੋਕ ਇਹ ਫੈਸਲੇਗਾ ਹਰ ਫਿਰ ਮੰਨਿ ਜੋ ਨਹੀਂ ਸਮਝ ਮਾਰੇ ਵੀ ਜਿਹੜੇ ਅਤਰਾ ਜੋ ਕੋ ਹਾਲਤਾਂ ਵਿੱਚ ਪੁਲਿਸ ਵਾਲੇ ਹੋਟਲਾਂਾਂ ਵਿੱਚ ਫੜਾ ਇਹਨਾਂ ਦੇ ਵੀਡੀਓ ਬਣਾਮਾ ਫਿਰ ਇਹ ਪੁਲਿਸ ਵਾਲਿਆਂ ਦੇ ਲੋਕ ਲੜेंगे ਵੀ ਥਮ ਕਿਤਰਾ ਮਾਰੇ ਵੀਡੀਓ ਬਣਾ ਰਹੇ ਜਾਂ ਤਾਂ ਕੋਰਟ ਨੇ ਕਹਿ ਤਿਆ ਹੈਂ ਆਪੀ ਸੀ ਕੀ ਤਾਰਾ 497 ਕਹ ਹੈ ਗੈਰ ਸਵਿਧਾਨਿਕ ਕਾਨੂੰਨ ਈਵ ਕੋਰਟ ਕਹਿ ਰਹਾ ਕਾ ਜੇ ਥਾਨੂੰ ਕਾ ਯੋ ਲੱਗ ਰਿਹਾ ਵੀ ਕੋਈ ਡਾਂਗ ਸੋਟਾ ਪੜ ਕਾ ਸਕਾ ਥਾਰੇ ਪਰ ਕਾ ਥਾਨੂੰ ਕੋਰਟ ਕਾ ਇਸ ਕਾ ਯੋ ਕਾ ਪ੍ਰੋਟੈਕਸ਼ਨ ਦਵੇਗੀ ਕਾ ਪੁਲਸਾਂ ਲਾਵੇਂਗੇ ਥਾਰੇ ਗੈ ਲੈ 10 ਯੋ ਕਾ ਯੋ ਯੋ ਕੀਆ ਹੋ ਰਿਹਾ ਮਾਰੇ ਦੇਸ਼ ਮਾ ਯੋ ਸਮਝ ਮਰੀ ਪੱਛਮੀ ਸਭਿਅਤਾ ਮੰਨ ਰਿਹਾ ਵੀ ਵੜ ਗੇ ਪਰ ਚਲੋ ਆਪਾ ਕੋਰਟ ਕੇ ਹੁਕਮਾਂ ਕੇ ਖਿਲਾਫ ਤੋ ਨਹੀਂ ਜਾ ਸਕਦੇ ਪਰ ਮੇਰੀ ਸੋਚਣ ਵਾਲੀ ਬਾਤ ਹੈ ਇਹ ਤਾਂ ਮੈਂ ਤਾਂ ਇਸ ਨੂੰ ਚੰਗਾ ਫੈਸਲਾ ਮੰਨਦਾ ਨਹੀਂ ਮੇਰਾ ਇਹ ਕਹੇ ਵੀ ਇੱਕ ਦੂਏ ਕੀ ਜਨਾਨੀ ਵਾ ਮਾੜੀ ਨਿਗਾ ਰੱਖੇਗੇ ਲੋਕ ਕਰ ਲੋ ਫਿਰ ਇਹ ਤਾਂ ਬਾਤਾਂ ਬਣੇਗੇ ਨਾ ਵੀਰ ਚਲੋ ਘਰ ਆਰ ਉਧਰ ਗਰਨਾਮ ਚੜੂਨੀ ਆਰ ਸਗਵੀਰ ਬਾਦਲ ਇਹ ਬਾਪੂ ਪ੍ਰਕਾਸ਼ ਵਾਲ ਦਾ ਛੋਕ ਰਾਈ ਇਨ ਘਰ ਵਾਲਾ ਬਹੁਤ ਇਹ ਸਮੰਨਾ ਵਾ ਪਹੁੰਚ ਗਿਆ ਵੀਰ ਔਰ ਇਹ ਰੌਲਾ ਇਤਨਾ ਗਰਮ ਹੋ ਗਿਆ ਕੰਮ ਇਹ ਕਹੇ ਵੀਰ ਇਹ ਬੀਬੀ ਜਗੀਰ ਕੌਰ ਬੋਲੀ ਕਾਇ ਸਖਬੀਰ ਬਾਦਲ ਨੂੰ ਫੋਨ ਕਰਗਾ ਕਿਉਂ ਡਰ ਰਿਆ ਤਾ ਦੱਸ ਦੇ ਜੇ ਕਰਿਆ ਟੈਲੀਫੋਨ ਕਾ ਦੱਸ ਦੇ ਫੋਨ ਕਰਿਆ ਕਾਇ ਦੱਸ ਨਹੀਂ ਰਿਆ ਗਰਾਮ ਚੜੂ ਨਹੀਂ ਘਾੜ ਰ ਗਿਆ ਹੈ ਹਰ ਕਾ ਜੇ ਮਨ ਤੋਂ ਕਾਂਗਰਸ ਸਾਲੇ ਟੈਲੀਫੋਨ ਕਰਦਾ ਮੰਜੇ ਬਿਸਤਰੇ ਲੰਗਰ ਚਾਹੀਦਾ ਕਹਦਾ ਮੰਜੇ ਬਿਸਤਰੇ ਲੰਗਰ ਲੈ ਕੇ ਪਹੁੰਚਾ ਬਾਤਾਂ ਘਿੜੀਆਂ ਮਾਰਨਾ ਕਹਾਈਓ ਦੱਸ ਹਰ ਉਥਾਇਓ ਬਿਰ ਥਨ ਪਤਾਇਓ ਸਖਬੀਰ ਬਾਦਲ ਕਹ ਰਿਆ ਕਾਇ ਮਨ ਤੋਂ ਟੈਲੀਫੋਨ ਆਇਆ ਕਾ ਲੰਗਰ ਦੇਗਾ ਫਿਰ ਜਾਊਗਾ ਮਨੂਰਾ ਕਰਨਾਲ ਬੈਠੇ ਸਖਤਰੇ ਦੇ ਬਾਹਰ ਕਾਲ ਲੰਗਰ ਦੀ ਬਾਤ ਕਰੀਗਾ ਟੈਲੀਫੋਨ ਕਰ ਕਾ ਮੈਨੂੰ ਯੋ ਇਸਨੇ ਕਹ ਹੈ ਗਰਨਾਮ ਚਲੂਨੀ ਨੇ ਗਰਨਾਮ ਚਲੂਨੀ ਕਰ ਰਹਾ ਮੈਂ ਤਾਂ ਕਰੇਂ ਟੈਲੀਫੋਨ ਕਰ ਜਾ ਯੋ ਇਹ ਕੋ ਰਿਸ਼ਤੇਦਾਰ ਲਗਾ ਮੇਰਾ ਕਹਾਗੇ ਯੋ ਟੈਲੀਫੋਨ ਕਰ ਦਿਆਂਗਾ ਇਸ ਨੂੰ ਹੈ ਹਰ ਉਧਰ ਵੀਰ ਯੋ ਕਾਂਗਰ ਸਾळे ਟੀਚਰਾਂ ਕਰ ਰਹੀ ਕਾਂਗਰ ਸਾळे ਕਰੇ ਲਾ ਦੱਸ ਗਰਨਾਮ ਚਲੂਨੀ ਨੂੰ ਟੈਲੀਫੋਨ ਕਰ ਰਿਹਾ ਦੱਸ ਯੋ ਘਰੋਂ ਟੈਲੀਫੋਨ ਕਰ ਰਿਆ ਹੈ ਯੋ ਲੰਗਰ ਕਿਆ ਦਮਾਂਗੇ ਕਹਾ ਯੋ ਲੰਗਰ ਕਿਥਾ ਪਚਾ ਦੇਂਗੇ ਯੋ ਮਾਨਪ੍ਰੀਤ ਬਾਦਲ ਕਹਿੰਦਾ ਕਾਜਾ ਤੇ ਬਾਪੂ ਪ੍ਰਕਾਸ਼ ਬਾਦਲ ਦੀ ਧਰਮ ਪਤਨੀ ਬੀਬੀ ਬਾਦਲ ਕਾ ਦਿਹਾਂਤ ਹੋਇਆ ਦਾ ਕਾਜਾ ਇਸ ਕਾ ਭੋਗ ਦਾ ਕਾ ਜਦਵੀ ਤੋਂ ਇਹਨਾਂ ਨੇ ਲੰਗਰ ਕਾ ਗੁਰਦੁਆਰੇ ਤੇ ਮੰਗਾਇਆ ਦਾ ਕਾ ਯੋ ਕਾ ਕਿਸ ਨੂੰ ਕਿਹਾ ਲੰਗਰ ਖਿਲਾ ਦੇਂਗੇ ਤੇ ਗੁਰੂ ਗਾ ਲੰਗਰ ਹਰੇਕ ਬੰਦਾ ਖਾ ਸਕਾ ਪਰ ਉੱਥਾ ਵੀਰਾ ਬੀਬੀ ਜ਼ਗੀਰ ਕੌਰ ਕਹੈ ਰਹੀ ਕਾ ਮਾਨ ਨੇ ਤਾਂ ਕਾ ਤਿਆਰੀ ਕਰੀ ਵੀ ਪੂਰੀ ਕਾ ਮੈਂ ਤਾਂ 11 ਵਜੇ ਟੈਲੀਫੋਨ ਆਇਆ ਸੁਖਵੀਰ ਬਾਦਲ ਕਾ ਕਾ ਲੰਗਰ ਭੇਜੋ ਲੰਗਰ ਭੇਜੋ ਬਾਕੀ ਵੀਰਾ ਯੋ ਕਹ ਰੇ ਜੀ ਲੋਕ ਕਹ ਰੇ ਜੀ ਬਾਦਲ ਸਾਹਿਬ ਨੇ ਕਾ ਪਛੜਤੀ ਬਾਦਲ ਲੈਦਾ ਸਭੀ ਗਿਨੀ ਜਬੂ ਕਬਾਲਡ ਰਿਕਾਰਡ ਮਾ ਨਾਂ ਬਣਾਣ ਖਾਤਰ ਬੰਦੇ ਨੂੰ ਮਿਹਨਤੋ ਕਰਨੀ ਪਵਾ। ਹਰ ਜਿਹੜਾ ਬੰਦਾ ਮਿਹਨਤ ਕਰਾ ਉਸਕਾ ਬਿਨ ਇਸ ਉਸकी ना ਮਿਹਨਤ ਨੂੰ ਰੋਕਣਾ ਨਹੀਂ ਚਾਹੀਦਾ ਵੀਰਾਂ। ਤਾਂ ਹੀ ਯੋ ਬਾਪੂ ਪ੍ਰਕਾਸ਼ ਬਾਦਲ ਨੇ ਸਖਬੀਰ ਬਾਦਲ ਦਾ ਨਾਂ ਸਖਬੀਰ ਬਾਦਲ ਰੱਖਿਆ। ਯੋ ਤੁਮ ਜਾਣਗੇ ਕਿ ਕਿ ਇਹ ਕਿਉਂ ਰੱਖਿਆ। ਹਰ ਵਿਰੁੱਧਰ ਯੋ ਯੋ ਕਹਨੋ ਹਰ ਜੀਤ ਕਰੇ ਵਾਲਾ, ਯੋ ਭਾਜਪੀ ਵਾਲਾ ਯੋ ਤੋਂ ਹਟਦਾ ਹੀ ਨਹੀਂ ਵੀਰਾਂ। ਮਨੂੰ ਸਮਝ ਬਾਲਿਆਂ ਦੇ ਕਾਲ ਹਾਲ ਹੈ। ਇਹ ਇੱਕ ਕੁੜੀ ਨੂੰ ਮਾੜਾ ਮਾੜਾ ਚੰਗਾ ਬੋਲ ਘਟਿਆ ਕਾ ਤਾਂ ਆਪਣੇ ਪਾਪੇ ਦਾ ਪ੍ਰੂਫ ਲੇਗਾ ਵੀ ਤੋਂ ਕਿਸ ਕੀ ਕੁੜੀ ਯੋ ਲੈ ਆ ਗਾ ਮਨੂ ਇਹ ਟੈਲੀਵਿਜ਼ਨ ਕੋ ਪ੍ਰਕਾਰ ਆ ਦੱਸ ਇਹ ਇਸਨੇ ਕੋ ਹੋਰ ਬਿਆਨ ਦੇ ਤਿਆ ਸਹੀ ਉਹ ਹਰ ਜੀਤ ਕਰੇ ਵਾਲ ਕਹਿ ਰਿਆ ਚੜੁੰਨੀ ਨੂੰ ਖਰੀਆਂ ਖਰੀਆਂ ਸੁਣਾਤੀਆਂ ਕਾ ਇਹ ਦੇਸ਼ ਕੇ ਗਰਦਾਰ ਹੈ ਇਹਨਾਂ ਨੂੰ ਤਾਂ ਕਹੇ ਫੰਡ ਮਿਲ ਰਿਹਾ ਕਾ ਹੁਥਾ ਪਾਕਿਸਤਾਨ ਵਾਲੇ ਰੁਪਈਏ ਭੇਜ ਰੇ ਆ ਰੀਨਾਂ ਨੂੰ ਚੀਨ ਵਾਲੇ ਰੁਪਈਏ ਭੇਜ ਰੇ ਕਹਾ ਇਹ ਤਾਂ ਦੇਸ਼ ਨੂੰ ਪੰਨਣ ਨੂੰ ਫਿਰ ਰੇ ਕਹਾ ਇਹੋ ਬਾਤ ਕਹੀ ਗਰੇਵਾਲ ਦੇ ਆਰ ਮੈਂ ਤਾਂ ਨਿਉ ਕਹਿ ਰਿਹਾ ਬਈ ਗਰੇਵਾਲ ਕੀ ਤੋਂ ਕਦੇ ਕਦੇ ਬਾਤਾਂ ਸੁਣਦਾ ਮੈਨੂੰ ਲੱਗ ਰਿਹਾ ਬਈ ਗਰੇਵਾਲ ਨੂੰ ਨਾ ਪਤਾ ਨਹੀਂ ਫਿਰ ਇਹ ਕੀ ਨਾ ਕਿਹੜਾ ਚਾਬੀ ਭਰ ਦਿਆ ਫਿਰ ਔਰ ਜਦ ਚਾਬੀ ਭਰ ਹੋ ਜਾ ਫਿਰ ਜਿੱਤਰਾਂ ਕਾ ਉਤਰਾਂ ਹੀ ਬੋਲਾ ਫਿਰ ਹੈ ਔਰ ਮੈਨੂੰ ਨਿਉ ਲੱਗ ਰਿਹਾ ਵੀ ਇਸ ਤਰ੍ਹਾਂ ਇਹੋ ਜਿਹੜਾ ਕੰਮ ਫੜਿਆ ਵਾ ਨਾ ਇਹ ਗਲਤ ਹੋ ਸਕਾ ਵੀਰੇ ਗਲਤ ਕਿਉਂ ਹੋ ਸਕਾ ਕਿ ਹਰਜੀਤ ਗਰੇਵਾਲ ਕਾ ਬਿਆਨ ਕਿਸਾਨਾਂ ਦੁਲਰ ਪਾ ਕਿਸਾਨਾਂ ਗੇ ਗੈਲ ਔਰ ਕਿਸਾਨਾਂ ਕੇ ਸੰਬੰਧ ਚੀਨ ਗੈਲ ਪਾਕਿਸਤਾਨ ਗੱਲ ਜੋੜੇ ਬੇहद ਨਿੰਦਣਯੋਗ ਬਾਤ ਦੇਸ਼ ਵਿਰੋਧੀ ਗੱਲ ਕਰੀ ਯੋ ਬਾਤ ਕੌਣ ਕਹਿ ਰਿਹਾ ਸੁਖਵੀਰ ਬਾਦਲ ਨੇ ਪਾਇਆ ਆਪਣਾ ਫੇਸਬੁਕ ਅਕਾਊਂਟ ਦੇ ਉੱਪਰ ਲਿਖ ਕੇ ਪਾਈਓ ਗੱਲ ਆਰ ਯੋ ਕਲੋ ਵੀਰ ਯੋ ਮੈਨੂੰ ਤਾਂ ਨਿਊ ਲੱਗ ਰਿਹਾ ਵੀ ਲੋਕਾਂ ਨੂੰ ਨਾ ਯੋ ਗਰੇਵਾਲ ਜੀ ਕੀ ਸਮਝੇ ਨਹੀਂ ਆ ਰਹੀ ਬਾਤ ਹੈ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਯੋ ਤਾਂ ਆਪਣਾ ਯੋ ਕਲੋ ਆਪਣਾ ਹੀ ਭਾਈ ਭ ਪੰਜਾਬ માં ਭਾਜਪਾ ਕੇ ਸਫਾਈ ਖਾਤਰ ਅੰਦਰ ਖਾਤੇ ਸਭ ਤੇ ਵੱਧ ਜ਼ੋਰ ਕੌਣ ਲਾ ਰਿਹਾ ਜੇ ਅੱਜ ਦੀ ਡੇਟਾ ਮੈਂ ਦੇਖਾਂ ਹਰਜੀਤ ਗਰੇਵਾਲ ਇਹ ਜਿਆਣੀ ਨੂੰ ਪਿੱਛੇ ਛੱਡ ਗਿਆ ਵੀਰ ਲੋਕ ਜੇ ਮਾਣਾ ਮੋਟਾ ਯੋ ਪੰਜਾਬ ਵਾਲੇ ਅਸ਼ਵਨੀ ਸ਼ਰਮਾ ਜੀ ਜਾ ਕੇ ਮਾੜੀ ਮੋਟੀ ਗੱਲ ਕਰ ਖਾਵਾ ਵੀ ਆਪਾਂ ਕਰਦੇ ਆਂ ਜੀ ਠੀਕ ਮੋਦੀ ਰੁਪਈਆ ਥੇਲੀ ਯੋ ਉਹ ਗੱਬਦਾ ਦੇ ਫਾਸਲਾਗੇ ਵਿਚ ਲੋਕ ਮਰ ਗਏ ਲੱਗੇਗੇ ਪਰ ਹਰਜੀਤ ਗਰੇਵਾਲ ਇਸ ਤਰ੍ਹਾਂ ਦਾ ਬਿਆਨ ਦੇਗਾ ਲੋਕਾਂ ਨੂੰ ਫੇਰ ਆਪਣੇ ਮਗਰ ਲਾ ਲਿਆ ਇਹੋ ਕੰਮ ਹੋ ਰਿਹਾ ਵੀਰ ਇਸ ਤਰ੍ਹਾਂ ਦੇ ਬਿਆਨ ਦੇ ਕੇ ਜੋਰ ਔਰ ਇਹੋ ਕਹਿ ਲੋ ਪਾਜ ਪਾ ਹਾਰ ਸਕਾ ਇਸ ਨੂੰ ਮਾਨ ਸਮਾਨ ਬਹੁਤ ਬੜਾ ਮਿਲੇਗਾ ਜੇ ਇਹੋ ਹੀ ਹਾਲ ਰਿਹਾ ਨਾ ਲੋਕਾਂ ਨੇ ਜਮੇ ਵੋਟਾਂ ਨਹੀਂ ਪਾਣੀਆਂ ਵੀਰ ਔਰ ਇਹੋ ਕਹਿ ਲੋ ਵੀਰ ਇਹ ਸ਼ਖਬੀਰ ਬਾਦਲ ਕੀ ਬਾਤ ਸੁਣ ਲਿਓ ਬਾਪੂ ਪ੍ਰਕਾਸ਼ ਵਾਲਾ ਛੋਕਰਾ ਇਹੋ ਕਹਿ ਰਿਹਾ ਕਹਦਾ ਦੱਸ ਕਾ ਹਰਜੀਤ ਗਰੇਵਾਲ ਕਾ ਇਤਨਾ ਕੇ ਬਿਆਨ ਦੇ ਰਿਹਾ ਪਾਕਿਸਤਾਨ ਗੈਲ ਜੋੜ ਰਿਹਾ ਨਿੰਦਣਯੋਗ ਬਾਤਾਂ ਕਰ ਰਿਹਾ ਲੈ ਦੱਸ ਵੀ ਥਾਂ ਭੁੱਲ ਗਏ ਹੈ ਥਾਂ ਵੀ ਤਾਂ ਕਿਸਾਨਾਂ ਨੂੰ ਨਕਸਲਾਈਟ ਨਕਸਲ ਲਾਈਟ ਕਹਿ ਰਹੇ ਤੇ ਕਹਾ தாம் ਪੁੱਲ ਗਏ ਲੈ ਦੱਸ ਇਹ ਦੂਸਰੇ ਨੂੰ ਕਹਿਣਾ ਬਹੁਤ ਸੌਖਾ ਵੀਰ ਆਪਣੀ ਬਾਤ ਭੁੱਲ ਜਾ ਵੀਰ ਬਾਕੀ ਵੀਰ ਮੰਨੂ ਨਿਉ ਲੱਗ ਰਿਹਾ ਵੀ ਕਿਤੇ ਹਰਜੀਤ ਕਰੇ ਬਾ ਜਾਣ ਬੁੱਝ ਗਿਆ ਤਨੇ ਭੜਕਾਰਿਆ ਲੋਕਾਂ ਨੂੰ ਵੀ ਪੰਜਾਬ ਮਾ ਰਾਸ਼ਟਰਪਤੀ ਰਾਜ ਲਾ ਦਿਓ ਰਾਸ਼ਟਰਪਤੀ ਲਾ ਦਿਓ ਇਹ ਕਿਉਂਕਿ ਵੀਰ ਕੰਨ ਇਹ ਉੱਥਾ ਲੁਧਿਆਣਾ ਦੇ ਇੰਪਰੂਵਮੈਂਟ ਇੰਪਰੂਵਮੈਂਟ ਟਰਸਟ ਮਾ ਪਾਸ ਭਾਲ ਇਹਨਾਂ ਨੇ ਜਾ ਕੇ ਚਿੰਤਾ ਲਾ ਤਿਆ ਔਰ ਕਾਂਗਰਸ ਵਾਲਿਆਂ ਨੇ ਜਾ ਕੇ ਉੱਥਾ ਗੇਟੇ ਫਨ ਨਾ ਰੱਖ ਤਿਆ ਮਤਲਬ ਬਹੁਤ ਹੱਲਾ ਹੋਇਆ ਕੱਲੂ ਥੱਲੁ ਦਿਹਾਣੇ ਦੇ ਵਿੱਚ ਮਾ ਇਹੋ ਬੀਜੇਪੀ ਵਾਲੇ ਕਾਰਿਆਕਾਮ ਪ੍ਰੂਵਮੈਂਟ ਟਰਸਟ ਦੇ ਵਿੱਚ ਮਾ ਜਿਹੜਾ ਇਹ ਹੋਇਆ ਨਾ ਬੜਾ ਕੰਮ ਇਹ ਜਿਹੜਾ ਇਹ ਕਾਪੜਾ ਹੋਇਆ ਕਾ ਜੋ ਕਾਪੜਾ ਕਹ ਹੈ ਵੀਰ ਇਸकी ਜਾਂਚ ਕਰਾਓ ਜੇ ਜਾਂਚ ਨਹੀਂ ਕਰਾਈ ਕਾ ਫਿਰ ਗਲਤ ਕੰਮ ਹੋ ਸਕਾ ਇਹ ਕਹ ਲੋ ਵੀਰ ਇਹ ਕੈਪਟਨ ਮਰੀਦਰ ਸਿੰਘ ਦੀ ਬਾਤ ਚੱਲ ਰਹੀ ਵੀਰ ਇਹ ਗੰਪਰੂਵਮੈਂਟ ਟਰਸਟ ਮਾ ਕਹ ਕੈਪਟਨ ਮਰੀਂਦਰ ਸਿੰਘ ਵੀ ਆ ਰਹਾ ਹਰ ਕੱਲ ਦੇਖ ਲਓ ਕੈਪਟਨ ਨੇ ਜੋ ਇਹ ਰੋਟੀ ਬਣਾਈ ਗੱਲ ਲੰਗਰ ਪਾਣੀ ਤਿਆਰ ਕਰਿਆ ਅੱਜ ਇਹ ਕੈਪਟਨ ਦਾ ਨਾਮਾ ਚੱਕਰ ਪੈ ਗਿਆ ਦੱਸ ਵੀਰ ਇਹ ਕੀ ਹੋਵੇਗਾ ਇਹ ਮੈਨੂੰ ਸਮਝ ਬਣੀ ਆ ਰਹੀ ਔਰ ਉਧਰ ਇਹ ਕਹਲਿਓ ਵੀਰ ਮਾਰੇ ਪੰਜਾਬ ਦਾ ਮੁੱਖ ਮੰਤਰੀ ਇਹ ਸਬਜ਼ੀਆਂ ਨੂੰ ਤੜਕੇ ਲਾ ਰਿਆ ਵਿੱਤ ਮੰਤਰੀ ਚਾਹ ਬਣਾ ਰਿਆ ਪੰਜਾਬ ਦਾ ਪ੍ਰਧਾਨ ਸਬਜ਼ੀਆਂ ਖਰੀਦ ਰਿਆ ਜੰਗਲਾਤ ਮੈਂ ਕਿਵੇਂ ਘਾਇਓ ਵੀਰ ਸਾਧੂ ਧਰਮ ਸੋਦ ਨਾਲੀਆਂ ਦੇ ਵਿੱਚ ਮਾ ਪਾਈਪ ਮਾਰਕਾ ਸੀਵਰੇਜ ਖੋਲ ਰਿਆ ਸਮਝ ਮਾ ਨਹੀਂ ਆ ਰਹੀ ਵੀ ਸਰਕਾਰ ਬਣਾਈ ਜਾਂ ਡਰਾਮਾ ਕਮੇਟੀ ਬਣਾਈ ਇਹ ਪੋਦਾਨੀਖਿਆ ਕੁਸਿਆ ਰਹਿ ਮਾਰੇ ਪੰਜਾਬ ਦੇ ਵਿੱਚ ਮੈਂ ਸਾਹਮਣੇ ਬਾਹਰ ਹਾਂ ਉਧਰ ਭਾਜਪੀ ਵਾਲੇ ਲੈ ਦੱਸ ਕਾ ਪੁਲਸ ਵਾਲਿਆਂ ਦਾ ਲੋਟ ਨਹੀਂ ਆਏ ਪੁਲਸ ਵਾਲਿਆਂ ਦਾ ਲੋਟ ਨਹੀਂ ਆਏ ਇਹ ਤਾਂ ਕਿਸਾਨ ਜੱਥੇਬੰਦੀ ਵਾਲਿਆਂ ਨੂੰ ਕਹਿੰਦੇ ਮਾੜਾ ਇਹਨਾਂ ਜਦੇ ਲੋਟ ਕਰ ਦਣੇ ਵੀਰਾ ਇਹ ਕੰਮ ਹੋ ਜਾਣਾ ਤਾਂ ਪਰ ਚਲੋ ਕੋਈ ਬਾਤ ਨਹੀਂ ਆ ਉਧਰ ਯੋ ਡੇਰਾ ਬਸੀ ਮਾਰੇ ਇਲਾਕੇ ਦੇ ਵਿੱਚ ਮੈਂ ਖੱਲ ਉੱਥਾ ਕਮੇਟੀ ਵਾਲੇ ਕਹਾ ਜੀ ਕਾਰਪੋਰੇਸ਼ਨ ਵਾਲੇ ਕਾ ਨਾਜਾਇਜ਼ ਖਾਜੇ ਹਟਾਣਾ ਆਏ ਮੇਰੇ ਪਾਗੇ ਵੱਡੇ ਵੱਡੇ ਕਾਜੀ ਨਜਾਇਜ਼ ਕਬਜ਼ੇ ਹਟਾਣਾ ਲਾਡੇ ਤੋਂ ਬੋਲੀ ਆਪਣੇ ਪ੍ਰੋਗਰਾਮਾਂ ਮੈਂ ਤਾਂ ਚਿੰਤਾ ਕਰ ਰਹਾ ਇਹ ਉਹ ਸਵੇਰੇ ਲੈ ਕੇ ਥਾਰੇ ਖੋਖੇ ਚ ਆ ਕੇ ਸਿਆਣ ਨੂੰ ਪੈਸੇ ਲੈਗਾ ਦੇ ਦੇਂਗੇ ਬਾਅਦਸ ਬਾਕੀ ਉਹ ਸਾਲਮਾ ਇੱਕ ਵਾਰ ਇਸ ਤਰ੍ਹਾਂ ਦੀ ਹਵਾ ਜ਼ਰੂਰ ਚੱਲਾ ਅਗਲੇ ਵੀ ਕੀ ਕਰਾਂ ਉੱਪਰ ਤੇ ਪ੍ਰੈਸ਼ਰ ਪੈ ਜਾਣਾ ਜ਼ਿਆਦਾ ਫੇਰ ਕਰਨਾ ਪਵਾ ਨਹੀਂ ਵੀ ਅਗਲੇ ਕਾ ਇਹ ਥਾਣਾ ਕੁਝ ਕਰਿਆ ਨਹੀਂ ਹਰ ਉਧਰ ਬੀਬੀ ਬਾਦਲ ਕੀ ਸੁਣ ਲਿਓ ਬੀਬੀ ਬਾਦਲ ਕਹਿੰਦੀ ਕਹਾ ਕੇਂਦਰ ਨੇ ਕਾ ਜਿਹੜੇ ਵਧਾਏ ਨਾ ਕਣਕ ਕੇ ਪਾ ਐਮਐਸਪੀ ਵਾਅਦਾ ਕਰਿਆ ਕਾ ਇਹ ਈਸ ਨੂੰ ਰੱਦ ਕਰੋ 150 ਰੁਪਿਆ ਪ੍ਰਤੀ ਕਵੰਟਲ ਬਣਾਓ ਵਧਾਓ ਘਾ ਰੇਟ ਕਣਕ ਕਾ ਕਾ 150 ਗੱਲ ਬਣੇਗੀ ਗੱਲ ਮੈਨੂੰ ਸਮਝ ਨਿਆਦੀ ਬੀਬੀ ਬਾਦਲ ਕੀਦਾ ਦੱਸ ਈ ਬਈ ਨਾ ਕੈਬਨਟ ਛੜਤੀ ਗੱਠ ਜੋੜ ਪੰਨ ਤਿਆ ਅਰ ਮੈਂ ਗਰੰਟੀ ਗੱਲ ਕਹਿ ਰਹਾ ਜੇ ਬੀਬੀ ਬਾਦਲ ਮੋਦੀ ਕੀ ਕੈਬਨਟ ਕੇ ਵਿਚਿਮਾ ਹੁੰਦੀ ਨਾ ਇਹੋ ਕਹਿ ਲਿਓ ਵੀਰ ਈਬ ਤੱਕ ਦੋ ਮੋਦੀ ਕੇ ਮੂੰਹ ਮਾ ਲੱਡੂ ਪਾੰਦੇ ਕੀ ਫੋਟੋ ਪਤਾ ਨਹੀਂ ਕਿਤਨੇ ਚੈਨਲਾਂ ਬਾ ਅਰ ਕਿਤਨੇ ਅਖਬਾਰਾਂ માં ਅਰ ਕਿਤਨੇ ਸੋਸ਼ਲ ਸਾਈਟਾਂ ਦੇ ਉੱਪਰ ਆ ਲੈਣੀ ਦੀ ਤੱਕ ਜਿੱਤਰਾ ਯੋ ਯੋ ਕਹ ਲੋ ਯੋ ਰਾਜੇ ਆਲੇ ਕੈਪਟਨ ਲੋ ਢੂਖੜਾ ਰ ਮੈਂ ਤਾਂ ਕੱਲ ਵੀ ਡਰ ਫੈ ਗਿਆ ਮੰਨੂ ਕਿਤੇ ਰਾਜੇ ਆਲੇ ਨਾ ਲੰਘ ਜੇ ਉੱਥਾ ਤਾਂ ਮਨੂੰ ਲੰਡੂ ਖਵਾੜ ਵਾਸਤਾ ਕਿਉਂ ਲੱਡੂ ਖੁਲਾਣ ਲੱਗਾ ਟਾਈਮ ਨਹੀਂ ਲਾਂਦੇ ਵੀਰੇਓ ਅਰ ਯੋ ਕਹ ਲੋ ਵੀਰਾ ਯੋ ਬੀਬੀ ਬਾਤ ਲਗਾ ਇਸ ਤਰ੍ਹਾਂ ਦਾ ਬਿਆਨ ਆਇਆ ਚਲੋ ਖੈ ਲਾਡਾ ਡਿਸਕਸ਼ਨ ਡੇੜੀ ਪ੍ਰੋਗਰਾਮ ਦੇ ਵਿੱਚ ਆ ਇਓ ਅੱਜ ਦੀਆਂ ਖਬਰਾਂ ਦੀਆਂ ਕੱਲ ਨੂੰ ਆਪਾਂ ਨਵੇਂ ਪ੍ਰੋਗਰਾਗਲ ਥਾਰੇ ਘਰ ਫੇਰ ਮੁਲਾਕਾਤ ਕਰਾਂਗੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਈਵ ਸਾਰਿਆਂ ਨੂੰ ਲਾਡੇ ਦੀ ਪਿਆਰ ਭਰੀ ਸਾਸਰੀ ਕਾਲ